बाणी एक गुरु एको शब्द विचार सच्चा शब्द हट सच रतनी परे भंडार गुर कृपा ते पाई अन्ना जे देव देवन हार सच्चा सौता लाभ सदा खटिया नाम अपार रहां पाक जबरस्त जाहिर जुहू अतामे हद हम चू हाजर हजूर अता बख्शियो पाक परवर दीगार रहीमस्त रोजी देओ हर दया शबर शतर तख दे मालक साहेब श्री गुरु ग्रंथ साहेब जी की पवित्र हजूरी विच सुभाए मान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। तन तन श्री गुरु ग्रंथ साहेब सच्चे पातशाह जी की छत्र छाया हेठ आप सरबत संगतां ने तुरकी बाणी दे कीर्तन दा आनंद माणिया है। धन धन श्री गुरु गोबिंद सिंह साहिब सच्चे पातशाह जी दे अगमी वड़ियाई नूं समर्पित भाई साहिब भाई नंद लाल जी की महान रचना गंजनामे है जिस दी कथा विचार इन्हां गुरमत समागमां विच चल रही है। आओ साहिबे कमाल गुरु गोबिंद सिंह दी वडियाई नाल जुड़ करके अपने समय नूं जीवन नूं सफला करन दा जतन करिए जी। भाई साहिब भाई नंद लाल फुरमान करदे हन सतनाम श्री वाहिगुरु साहिब जी साहिबे अकलील गुर गोबिंद सिंह जिले हक तजलील गुर गोबिंद सिंह भाई साहब भाई नंद लाल गुरु गोबिंद सिंह पातशाह लई जेड़ा अल्फाज वरतदे ने इत्थे लफ्ज वरत्या है साहिब। साहिब दा मतलब है अरबी दा लफ्ज है खसम सिर दा साईं। ऐ गुरु गोबिंद सिंह तू सबना दा स्वामी है सबना दा साहिब है। अकलील दा भाव है ताज तख्त। गुरु गोबिंद सिंह साहिब सच्चे पातशाह भाई साहब भाई नंद लाल आखन लगे तुहाडी ऐसी बुलंद हस्ती है दुनिया दे उत्ते बड़े तख्तां ताजां दे मालक ने पर सारे तख्तां ते शोभा पाउण वाले बादशाहां दे तुसीं साहिब हो बादशाह हो। दुनिया दे समुचे बादशाहां दे तुसीं साहिब हो मालक हो सारे आंदे सिर दे ताज हो।
ਬਾਣੀ ਦਾ ਇੱਕ ਫੁਰਮਾਨ ਹੈ, ਤਿਸ ਬਿਨ ਰਾਜਾ ਅਵਰ ਨਾ ਕੋਈ। ਉਸ ਅਕਾਲ ਪੁਰਖ ਤੋਂ ਬਿਨਾਂ, ਉਹਦੇ ਸਰਗੁਣ ਸਰੂਪ ਨਾਨਕ ਨਿਰੰਕਾਰੀ ਤੋਂ ਬਿਨਾਂ, ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੋਈ ਰਾਜਾ ਨਹੀਂ ਹੈ। ਸਦੀਵੀ ਤਖ਼ਤ 'ਤੇ ਬੈਠ ਕੇ ਸਾਰਿਆਂ ਦੀਆਂ ਮੰਗਾਂ ਦੀ ਪੂਰਤੀ ਕਰਨੀ, ਝੋਲੀਆਂ ਭਰਨੀਆਂ, ਇਹ ਗੁਰੂ ਕੇ ਤਖ਼ਤ ਦੀ ਬਰਕਤ ਹੈ। ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਭਨਾਂ ਦੀਆਂ ਝੋਲੀਆਂ ਭਰ ਰਹੇ ਨੇ। ਸਾਹਿਬ ਏ ਅਕਲੀਲ ਗੁਰੂ ਗੋਬਿੰਦ ਸਿੰਘ, ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ। ਜ਼ਿਲ੍ਹੇ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ, ਜ਼ਿਲ੍ਹੇ ਦਾ ਮਤਲਬ ਹੁੰਦਾ ਸ਼ਾਂ, ਪਰਛਾਵਾਂ। ਹੁਣ ਭਾਈ ਨੰਦ ਲਾਲ ਕਹਿੰਦੇ ਰੱਬ ਦਾ ਪਰਛਾਵਾਂ ਹੈ ਗੁਰੂ ਗੋਬਿੰਦ ਸਿੰਘ, ਹੱਕ ਰੱਬ ਨੂੰ ਕਹਿੰਦੇ ਨੇ, ਸੱਚੇ ਰੱਬ ਨੂੰ। ਜ਼ਿਲ੍ਹੇ ਹੱਕ ਤਜ਼ਲੀਲ, ਤਜ਼ਲੀਲ ਕਹਿ ਦਿੰਦੇ ਛਾਏ ਰਹਿਣਾ। ਗੁਰੂ ਗੋਬਿੰਦ ਸਿੰਘ ਦੀ ਐਸੀ ਹਸਤੀ ਹੈ, ਪਰਮਾਤਮਾ ਦਾ ਉਹ ਪਰਛਾਵਾਂ ਨੇ, ਔਰ ਜਿਨ੍ਹਾਂ ਦੀ ਬਰਕਤ ਦੁਨੀਆਂ 'ਤੇ ਸਦਾ ਛਾਈ ਰਹਿੰਦੀ ਹੈ। ਸਦਾ ਦੁਨੀਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਰਹਿੰਦੀ ਹੈ। ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਪਰਛਾਵਾਂ ਨੇ। ਅਗਲੇ ਬੋਲ ਭਾਈ ਨੰਦ ਲਾਲ ਦੇ ਨੇ, ਖਾਜ਼ਨੇ ਹਰ ਗੰਜ ਗੁਰ ਗੋਬਿੰਦ ਸਿੰਘ, ਮਰਹਮੇ ਹਰ ਰੰਜ ਗੁਰ ਗੋਬਿੰਦ ਸਿੰਘ। ਖਾਜ਼ਨੇ ਕਹਿੰਦੇ ਨੇ ਖਜ਼ਾਨਚੀ ਨੂੰ। ਪਰਮਾਤਮਾ ਦਾਤਾਰ ਹੈ ਦੁਨੀਆਂ ਦਾ। ਹਰ ਦਾ ਮਤਲਬ ਹੈ ਹਰ ਇੱਕ। ਗੁਰੂ ਗੋਬਿੰਦ ਸਿੰਘ ਹਰ ਇੱਕ ਖਜ਼ਾਨੇ ਦੇ ਮਾਲਕ ਨੇ। ਗੁਰੂ ਗੋਬਿੰਦ ਸਿੰਘ ਤੋਂ ਲਹਿਦਾ ਕਹਿੰਦੇ ਝੋਲੀਆਂ ਭਰਨ ਵਾਲਾ ਕੋਈ ਨਹੀਂ ਹੈ। ਜੇ ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਉਰਵਾਰ ਪਾਰ ਸਭ ਇੱਕੋ ਦਾਨੀ, ਲੋਕ ਪਰਲੋਕ ਦਾ ਦਾਨੀ, ਝੋਲੀਆਂ ਭਰਨ ਵਾਲਾ ਕੇਵਲ ਪਰਮਾਤਮਾ ਹੈ, ਔਰ ਉਸਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਬਾਣੀ ਦਾ ਫੁਰਮਾਨ ਹੈ, ਤਿਹ ਜਨ ਜਾਚਹੋ ਜਗਤਰ ਪਰ ਜਾਨੀਅਤ, ਬਸੁਰ ਰੈਨ ਬਾਸ ਜਾਕੋ ਹਿਤ ਨਾਮ ਸਿਉ। ਭੱਟ ਸਾਹਿਬਾਨ ਕਹਿੰਦੇ ਨੇ ਬਾਣੀ ਦੇ ਅੰਦਰ, ਉਸ ਗੁਰੂ ਦੇ ਦਰ ਤੋਂ ਮੰਗੋ ਜਿਹੜਾ ਪ੍ਰਗਟ ਸਰੂਪ ਵਿੱਚ ਨਾਮ ਨਾਲ ਪਿਆਰ ਕਰਨ ਵਾਲਾ ਹੈ ਔਰ ਹਰ ਜ਼ਰੇ ਦੇ ਵਿੱਚ ਮੌਜੂਦ ਹੈ। ਉਹਦੇ ਤੋਂ ਲਹਿਦਾ ਕਹਿੰਦੇ ਕੋਈ ਝੋਲੀਆਂ ਨਹੀਂ ਭਰਦਾ। ਉਹ ਕੌਣ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਮਥੁਰਾ ਕੋ ਪ੍ਰਭ ਸਰਬਮੈ ਅਰਜਨ ਗੁਰ, ਭਗਤ ਕਾ ਹੇਤ ਪਾਏ ਰਹਿਓ ਮਿਲ ਰਾਮ ਸਿਉ। ਝੋਲੀਆਂ ਭਰਨ ਲਈ ਅਕਾਲ ਪੁਰਖ ਨੇ, ਸਰਬ ਵਿਆਪਕ ਪ੍ਰਭੂ ਨੇ ਗੁਰੂ ਅਰਜਨ ਸਾਹਿਬ ਦਾ ਰੂਪ ਅਖਤਿਆਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਗੁਰ ਅਰਜਨ ਪ੍ਰਤੱਖ ਹਰ, ਔਰ ਜਿਹੜਾ ਵੀ ਇਹਦੇ ਦਰ 'ਤੇ ਆਵੇਗਾ ਸਤਿਗੁਰ ਨੂੰ, ਜਿਹਾ ਕੋ ਇੱਛਦਾ ਤੇਹਾ ਫਲ ਪਾਏ। ਕੋਈ ਜੈਸੀ ਵੀ ਇੱਛਾ ਲੈ ਕੇ ਇਹਦੇ ਪਾਸੋਂ ਮੰਗੋਗੇ, ਪੂਰਤੀ ਕਰਦਾ ਹੈ। ਤਾਂ ਕਿਹਾ ਹੈ ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਹਰ ਖਜ਼ਾਨੇ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ। ਦੁਨੀਆਂ 'ਤੇ ਬੜੇ ਦਾਨੀ ਹੋਏ ਨੇ, ਬੜੇ ਬੜੇ ਸਤਿਪੁਰਸ਼ਾਂ ਦੇ ਰਾਜਿਆਂ ਦੇ ਨਾਮ ਆਉਂਦੇ ਨੇ, ਰਾਜੇ ਜਨਕ ਵਰਗੇ ਦਾਨੀ, ਯੁਧਿਸ਼ਟਰ ਵਰਗੇ ਦਾਨੀ, ਮਹਾਵੀਰ ਕਰਨ ਵਰਗੇ ਦਾਨੀ ਇੱਥੇ ਹੋਏ ਨੇ, ਔਰ ਬੜਾ ਬੜਾ ਧਨ ਦਾਨ ਕਰਦੇ ਰਹੇ ਨੇ। ਪਰ ਏਡੇ ਵੱਡੇ ਵੀ ਦਾਨੀ ਨਹੀਂ ਵੀ ਹਰ ਇੱਕ ਦੀ ਇੱਛਾ ਦੀ ਪੂਰਤੀ ਕਰ ਸਕੇ ਹੋਣ। ਗੁਰੂ ਪਾਤਸ਼ਾਹ ਐਸੇ ਦਾਨੀ ਨੇ, ਧਨ ਦਾਨ ਕਰ ਦੇਣਾ, ਦੌਲਤ ਸ਼ੋਹਰਤ ਦਾਨ ਕਰ ਦੇਣੀ, ਤਖਤੋ ਤਾਜ ਛੱਡ ਦੇਣੇ, ਦੁਨਿਆਵੀ ਵਸਤੂਆਂ ਦਾਨ ਕਰ ਦੇਣੀਆਂ, ਐਸੇ ਬੜੇ ਦਾਤਾਰ ਮਿਲਣਗੇ। ਇੱਥੇ ਬਾਣੀ ਦਾ ਫੁਰਮਾਨ ਹੈ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ। ਕੋਏ ਜੈਸੀ ਇੱਛਾ ਹੋਵੇ ਉਹ ਪੂਰਤੀ ਕਰਦਾ ਹੈ। ਜੰਝੂ ਡੁੱਬ ਰਿਹਾ ਹੈ। ਸਨਾਤਨ ਮਤ ਦੇ ਆਗੂ ਕੌਣ ਨੇ? ਕਸ਼ਮੀਰੀ ਪੰਡਿਤ। ਹੁਣ ਮੰਗ ਕੀ ਰੱਖੀ ਗਈ? ਕੋਈ ਮਹਾਂਪੁਰਸ਼ ਸਿਰ ਵਾਰੇ ਤੇ ਜੰਝੂ ਬਚ ਜਾਵੇ।
ਏਡਾ ਵੱਡਾ ਦਾਨੀ ਹੈ ਗੁਰੂ ਗੋਬਿੰਦ ਸਿੰਘ, ਜੋ ਬ੍ਰਾਹਮਣ ਇੱਛਾ ਲੈ ਕੇ ਆਏ ਆਪਣਾ ਪਿਤਾ ਇਹਨਾਂ ਤੋਂ ਵਾਰ ਦਿੱਤਾ। ਇੱਥੇ ਲਫ਼ਜ਼ ਆਉਂਦਾ ਹੈ ਰਾਖਾ ਪ੍ਰਭ ਤਾਂਕਾ, ਕਿਹਦਾ ਰਾਖਾ ਸੀ ਉਹ? ਤਿਲਕ ਜੰਝੂ, ਰਾਖਾ ਪ੍ਰਭ ਤਾਂਕਾ। ਜੇ ਅੱਜ ਜੰਝੂ ਹੈ, ਸਨਾਤਨ ਮਤ ਹੈ, ਤੇ ਇਹ ਗੁਰੂ ਗੋਬਿੰਦ ਸਿੰਘ ਨੇ ਬਾਪ ਦਾਨ ਕੀਤਾ ਹੈ, ਤੇ ਇਹ ਸਨਾਤਨ ਮਤ ਮੌਜੂਦ ਹੈ ਦੁਨੀਆਂ ਤੇ। ਖੈਰ ਉਹ ਪਿਤਾ ਦਾਨ ਕਰ ਦਿੰਦਾ, ਦੇਸ਼ ਗੁਲਾਮ ਹੈ, ਇਨਸਾਨੀਅਤ ਗੁਲਾਮ ਹੈ, ਨਜ਼ਾਕਤ ਮੰਗੀ ਦੇਸ਼ ਨੇ, ਆਪਣੇ ਚਾਰੇ ਲਾਲ ਦਾਨ ਕਰ ਦਿੱਤੇ। ਔਰ ਅੱਲਾ ਯਾਰ ਖਾਂ ਨੇ ਉਸ ਮੁਸਲਮਾਨ ਨੇ ਫਾਰਸੀ ਵਿੱਚ ਲਿਖਿਆ, ਕਹਿੰਦਾ ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਮਰੋ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਔਰ ਰੱਬ ਕੋ ਨਾ ਬਿਸ਼ਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਇਨਸਾਨੀਅਤ ਦੀ ਖਾਤਰ, ਭਾਰਤ ਵਰਸ਼ ਦੀ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪ ਲਾਲ ਤੋਰੇ ਔਰ ਕਹਿ ਦਿੱਤਾ ਜਾਓ ਹੱਕ ਤੇ ਸੱਚ ਤੋਂ ਤੁਹਾਨੂੰ ਵੀ ਅੱਜ ਦਾਨ ਕਰ ਦਿੱਤਾ ਮੈਂ। ਗੁਰੂ ਗੋਬਿੰਦ ਵਰਗਾ ਰੂਹੇ ਜ਼ਮੀਨ ਤੇ ਦਾਨੀ ਕੋਈ ਨਹੀਂ ਹੈ। ਬੜੇ ਕਮਾਲ ਦੇ ਬੋਲ ਉਸ ਮਹਾਂਪੁਰਸ਼ ਨੇ ਲਿਖੇ, ਕਹਿੰਦਾ ਦਾਦਾ ਸੇ ਮਿਲੋ ਸੁਰਗ ਮੇਂ ਜਿਸ ਦਮ ਤੋਂ ਯਹ ਕਹਿਣਾ। ਛੋਟੇ ਨੂੰ ਤੋਰਨ ਲੱਗੇ ਨੇ, ਦਾਨ ਕਰਨ ਲੱਗੇ ਨੇ ਇਨਸਾਨੀਅਤ ਦੀ ਖਾਤਰ, ਆਪਣੇ ਸ਼ਹੀਦ ਕਰਾ ਕੇ ਗੈਰਾਂ ਦੇ ਘਰ ਵਸਾਉਣ ਦੀ ਖਾਤਰ। ਭਾਰਤ ਵਰਸ਼ ਨੂੰ ਗੁਲਾਮ ਮੁਗਲੀਆ ਸਲਤਨਤ ਨੇ, ਮੁਗਲ ਡਾਇਨੈਸਟੀ ਨੇ ਕੀਤਾ, ਗੁਲਾਮੀ ਤੋਂ ਨਜ਼ਾਕਤ ਦਿਵਾਉਣ ਦੀ ਖਾਤਰ ਛੋਟੇ ਨੂੰ ਤੋਰਨ ਲੱਗੇ, ਦਾਨ ਕਰਨ ਲੱਗੇ, ਤੇ ਜਾਣ ਲੱਗੇ ਨੂੰ ਕਹਿੰਦੇ ਵੀ ਜਦੋਂ ਸੱਚਖੰਡ ਜਾਓ ਨਾ ਸ਼ਹੀਦ ਹੋ ਕੇ, ਦਾਦਾ ਸੇ ਮਿਲੋ ਸੁਰਗ ਮੇਂ ਤੋ ਯਹ ਕਹਿਣਾ, ਦੋ ਚਾਰ ਹੋਂ ਗਰ ਖੁਲਦ ਮੇਂ ਆਦਮ ਤੋ ਯਹ ਕਹਿਣਾ, ਜਬ ਭੇਸ ਮੇਂ ਨਾਨਕ ਕੇ ਹਮ ਮਿਲੇ ਤੋ ਯਹ ਕਹਿਣਾ, ਪਾਨਾ ਕਹੀਂ ਗੋਬਿੰਦ ਕਾ ਮਰਹਮ ਤੋ ਯਹ ਕਹਿਣਾ, ਆਜ਼ਾਦ ਕਰਾਇਆ ਬਨੀ ਆਦਮ ਕੇ ਗਲੇ ਕੋ, ਆਜ਼ਾਦ ਕਰਵਾਇਆ ਬਨੀ ਆਦਮ ਕੇ ਗਲੇ ਕੋ, ਗਟਵਾ ਦੀਏ ਬੱਚੇ ਭੀ ਮੁਰੀਦੋਂ ਕੇ ਭਲੇ ਕੋ। ਇਨਸਾਨੀਅਤ ਲਈ, ਸਿੱਖਾਂ ਸੇਵਕਾਂ ਲਈ, ਧਰਮ ਦੀ ਖਾਤਰ ਬੱਚੇ ਵੀ ਮੈਂ ਕਟਵਾ ਦਿੱਤੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸੱਚ ਤੋਂ ਬੱਚੇ ਵੀ ਵਾਰ ਦਿੱਤੇ ਨੇ, ਏਡਾ ਵੱਡਾ ਦਾਤਾਰ ਹੈ ਉਹ। ਇਹ ਬੜੇ ਨੇ ਤੇ ਘੋੜੇ ਹਾਥੀ ਧਨ ਦੌਲਤ ਦਾਨ ਕਰਨ ਵਾਲੇ, ਪਰ ਗੈਰਾਂ ਦੇ ਘਰਾਂ ਦੇ ਚਿਰਾਗ ਜਗਦੇ ਰੱਖਣ ਲਈ ਆਪਣੇ ਚਿਰਾਗ ਨਹੀਂ ਕੋਈ ਦਾਨ ਕਰਦਾ। ਇਹ ਗੁਰੂ ਗੋਬਿੰਦ ਸਿੰਘ ਹੈ। ਮਾਤਾ ਪਿਤਾ ਲਾਲ, ਭਾਰਤ ਵਰਸ਼ ਦੀ ਖਾਤਰ, ਦੇਸ਼ ਦੀ ਸੰਸਕ੍ਰਿਤੀ ਦੀ ਖਾਤਰ, ਧਰਮ ਦੀ ਖਾਤਰ, ਸੱਚ ਦੀ ਖਾਤਰ, ਇਨਸਾਨੀਅਤ ਦੀ ਖਾਤਰ ਉਹਨੇ ਦਾਨ ਕਰ ਦਿੱਤੇ। ਏਡਾ ਵੱਡਾ ਦਾਨੀ ਹੈ, ਖਾਜ਼ਨੇ ਹਰਗੰਜ ਗੁਰੂ ਗੋਬਿੰਦ ਸਿੰਘ। ਔਰ ਏਡਾ ਵੱਡਾ ਦਾਨੀ ਹੈ, ਕਹਿੰਦੇ ਮਿੱਟੀ ਵਿੱਚ ਰੁਲਦੇ ਕਿਣਕਿਆਂ ਦੀਆਂ ਝੋਲੀਆਂ ਭਰ ਕੇ ਬਾਦਸ਼ਾਹ ਬਣਾ ਦਿੰਦਾ ਹੈ, ਪਰ ਇੱਕ ਸ਼ਰਤ ਹੈ, ਜਿਹੜਾ ਉਹਦੀ ਸਿਫਤ ਕਰੇਗਾ ਝੋਲੀ ਉਹਦੀ ਭਰੇਗੀ। ਇਹ ਅਹੀਰ ਵਰਗੇ ਬੜੇ ਬੜੇ ਕਵੀ, ਹੰਸ ਰਾਮ ਵਰਗੇ ਬੜੇ ਬੜੇ ਕਵੀ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰਦੇ ਸਨ, ਸੋਨੇ ਦੀਆਂ ਮੋਹਰਾਂ ਨਾਲ ਝੋਲੀਆਂ ਭਰ ਦਿੰਦਾ ਸੀ। ਰੋਡ ਤੇ ਪੜ੍ਹਦੇ ਹੋ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤ ਸਾਹਾ, ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ ਹੈ ਉਹ। ਏਡਾ ਵੱਡਾ ਦਾਨੀ ਹੈ, ਏਡਾ ਵੱਡਾ ਦਾਤਾਰ ਹੈ ਉਹ। ਦੀਨ ਦੁਨੀਆਂ ਦੇ ਮਾਲਕ ਦੀ ਵਡਿਆਈ ਕਰਦੇ ਭਾਈ ਨੰਦ ਲਾਲ ਕਹਿੰਦੇ ਨੇ ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਮਰਹਮ ਆ ਮਲਮ ਨੂੰ ਕਹਿੰਦੇ ਨੇ ਜਿਹੜੀ ਜ਼ਖਮ ਤੇ ਲਾਈ ਦੀ ਹੈ। ਦੇਖੋ ਇੱਕ ਤਨ ਦੇ ਰੋਗ ਨੇ, ਦੂਜੇ ਮਨ ਦੇ ਸੋਗ ਨੇ। ਗੁਰੂ ਗੋਬਿੰਦ ਸਿੰਘ ਹਰ ਜ਼ਖਮ ਦੀ ਦਵਾਈ ਹੈ, ਚਾਹੇ ਉਹ ਚਿੰਤਾ ਦਾ ਰੋਗ ਹੈ, ਚਾਹੇ ਉਹ ਚਿੰਤਾ ਦਾ ਰੋਗ ਹੈ, ਚਾਹੇ ਉਹ ਤਨ ਦਾ ਕੋਈ ਰੋਗ ਹੈ, ਚਾਹੇ ਉਹ ਮਨ ਦਾ ਕੋਈ ਸੋਗ ਹੈ। ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਆਖਣ ਲੱਗੇ ਤੂੰ ਹਰ ਇੱਕ ਜ਼ਖਮ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ, ਜਿਹੜਾ ਤੇਰੇ ਦਰ ਤੇ ਆ ਗਿਆ ਉਹਦੇ ਰੋਗ ਸੋਗ ਮਿਟ ਜਾਂਦੇ ਨੇ। ਬਾਣੀ ਦਾ ਵੀ ਫੁਰਮਾਨ ਹੈ ਨਾ, ਮੇਰਾ ਬੈਦ ਗੁਰੂ ਗੋਬਿੰਦਾ। ਇਹ ਕੁੱਲ ਕਾਇਨਾਤ ਦਾ ਮਾਲਕ ਹੀ ਵੈਦ ਹੈ,
ਇਹਦਾ ਪ੍ਰਤਾਪ ਹੀ ਐਸਾ ਹੈ ਸਰਬ ਰੋਗ ਕਾ ਔਖਦ ਨਾਮ ਇੱਥੇ ਸਰਬ ਰੋਗ ਲਫ਼ਜ਼ ਹੈ ਇਕੱਲੇ ਮਨ ਦੇ ਰੋਗਾਂ ਦੀ ਗੱਲ ਨਹੀਂ ਹੈ ਸਰਬ ਰੋਗ ਤੋਂ ਭਾਵ ਜੇ ਤਨ ਦੇ ਰੋਗ ਮੈਡੀਕਲ ਸਾਇੰਸ ਨਾ ਮਿਟਾ ਸਕੇ ਤਾਂ ਗੁਰੂ ਗੋਬਿੰਦ ਦਾ ਨਾਮ ਉਹ ਵੀ ਹਰ ਲੈਂਦਾ ਹੈ ਇਹ ਦਵਾਈ ਤਾਂ ਬੜੀ ਅੱਜ ਕੱਲ੍ਹ ਚੱਲਦੀ ਡਿਪਰੈਸ਼ਨ ਦੀ ਪਰ ਡਿਪਰੈਸ਼ਨ ਮੈਡੀਕਲ ਸਾਇੰਸ ਕਿਸੇ ਦਾ ਕੱਟ ਥੋੜ੍ਹੀ ਸਕਦੀ ਹੈ ਚਿੰਤਾ ਮਿਟਾ ਥੋੜ੍ਹੀ ਸਕੀ ਹੈ 50% ਤਨ ਦੇ ਰੋਗ ਨਹੀਂ ਮਿਟਾ ਸਕੀ 100% ਇਹ ਡਿਪਰੈਸ਼ਨ ਨਹੀਂ ਮਿਟਾ ਸਕਦੇ ਪਰ ਬਾਣੀ ਦਾ ਪ੍ਰਤਾਪ ਐਸਾ ਫਿਰ ਧਿਆਨ ਦਿਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮਕੀ ਤਨ ਮਨ ਦੇ ਰੋਗ ਸੋਗ ਤੇ ਹਰਦਾ ਹੀ ਹੈ ਜਮਾਂ ਦੀ ਫਾਹੀ ਵੀ ਉਹ ਕੱਟ ਦਿੰਦਾ ਹੈ ਐਸੀ ਬਰਕਤ ਦਾ ਮਾਲਕ ਹੈ ਔਰ ਬਾਣੀ ਦਾ ਫੁਰਮਾਨ ਹੈ ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ ਅਹੰਕਾਰ ਦਾ ਰੋਗ ਵਿਕਾਰਾਂ ਦਾ ਰੋਗ ਤਨ ਦੇ ਰੋਗ ਮਨ ਦੇ ਸੋਗ ਗੁਰੂ ਗੋਬਿੰਦ ਤੋਂ ਬਿਨਾਂ ਕੋਈ ਹਰ ਨਹੀਂ ਸਕਦਾ ਮਰਹਮੇ ਹਰ ਰੰਜ ਗੁਰ ਗੋਬਿੰਦ ਸਿੰਘ ਹਰ ਇੱਕ ਪੀੜਾ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ ਅੱਗੇ ਮਹਾਰਾਜ ਫੁਰਮਾਨ ਕਰਦੇ ਨੇ ਦਾਵਰੇ ਆਫਾਕ ਗੁਰ ਗੋਬਿੰਦ ਸਿੰਘ ਦਰਦੋ ਆਲਮ ਤਾਕ ਗੁਰ ਗੋਬਿੰਦ ਸਿੰਘ ਬਾਣੀ ਦਾ ਰੁਤਬਾ ਹੈ ਭਾਈ ਨੰਦ ਲਾਲ ਦੇ ਬੋਲਾਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ ਜਿਵੇਂ ਭਾਈ ਗੁਰਦਾਸ ਦੇ ਬੋਲਾਂ ਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਰੁਤਬਾ ਬਖਸ਼ਿਆ ਹੈ ਭਾਈ ਨੰਦ ਲਾਲ ਜੀ ਮਹਾਰਾਜ ਕਹਿੰਦੇ ਨੇ ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਆਪਾਂ ਹਰ ਸ਼ੇਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਲੈ ਕੇ ਚੱਲਦੇ ਹਾਂ ਕਿਉਂਕਿ ਭਾਵੇਂ ਦਸਮ ਬਾਣੀ ਹੈ ਭਾਵੇਂ ਨੰਦ ਲਾਲ ਜੀ ਦੀ ਬਾਣੀ ਹੈ ਭਾਈ ਗੁਰਦਾਸ ਦੀ ਬਾਣੀ ਹੈ ਇਤਿਹਾਸ ਹੈ ਇਹ ਸਭ ਗੁਰੂ ਗ੍ਰੰਥ ਸਾਹਿਬ ਦਾ ਹੀ ਵਿਸਥਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੀ ਸਭ ਚੱਲਦਾ ਹੈ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵਿੱਚ ਨੰਦ ਲਾਲ ਜੀ ਕਹਿੰਦੇ ਦਾਵਰੇ ਆਫਾਕ ਦਾਵਰ ਕਹਿੰਦੇ ਨੇ ਰੱਬ ਨੂੰ ਪਰਮਾਤਮਾ ਨੂੰ ਤੇ ਜਿਹੜਾ ਆਫਾਕ ਲਫ਼ਜ਼ ਹੈ ਹੁਣ ਆਫਾਕ ਲਫ਼ਜ਼ ਅਰਬੀ ਫਾਰਸੀ ਦੇ ਵਿਦਵਾਨ ਇਉਂ ਵਰਤਦੇ ਨੇ ਖੁੱਲੇ ਮੈਦਾਨ ਅੰਦਰ ਧਿਆਨ ਨਾਲ ਵੇਖੀਏ ਤੇ ਇਉਂ ਮਹਿਸੂਸ ਹੁੰਦਾ ਹੈ ਕਈ ਜਗ੍ਹਾ ਵੀ ਕਿਤੇ ਅਸਮਾਨ ਤੇ ਧਰਤੀ ਦੋਵੇਂ ਜੁੜਦੇ ਪਏ ਹੋਣ ਇਉਂ ਕੋਈ ਐਸਾ ਖੁੱਲ੍ਹਾ ਮੈਦਾਨ ਹੋਵੇ ਚਾਰੇ ਦਿਸ਼ਾਵਾਂ ਵਿੱਚ ਨਜ਼ਰੀ ਆਵੇ ਵੀ ਆਸਮਾਨ ਤੇ ਧਰਤੀ ਜਿੱਥੇ ਮਿਲਦੇ ਨੇ ਭਾਵ ਕਿ ਸਮੁੱਚੀ ਕਾਇਨਾਤ ਇਹ ਧਰਤੀ ਇਹ ਆਸਮਾਨ ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ ਅਸਮਾਨ ਦਾ ਖੰਡਾਂ ਬ੍ਰਹਿਮੰਡਾਂ ਦਾ ਰਾਜਾ ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਲੋਕ ਪਰਲੋਕ ਦਾ ਧਰਤੀ ਦਾ ਪਾਤਾਲਾਂ ਆਕਾਸ਼ਾਂ ਦਾ ਬਾਦਸ਼ਾਹ ਹੈ ਇਹ ਭਾਈ ਨੰਦ ਲਾਲ ਦੀ ਨਜ਼ਰ ਹੈ ਇਹ ਭਾਈ ਨੰਦ ਲਾਲ ਵੱਲੋਂ ਉਸ ਗੁਰੂ ਗੋਬਿੰਦ ਸਿੰਘ ਦੀ ਬਰਕਤ ਵੇਖ ਕੇ ਪੁਰਜ਼ੋਰ ਕਲਮ ਦੇ ਨਾਲ ਬਿਆਨ ਕੀਤੀ ਗਈ ਵਡਿਆਈ ਹੈ ਜ਼ਮੀਨ ਅਤੇ ਅਸਮਾਨ ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ ਹੁਣ ਅੱਗੇ ਆਖਣ ਲੱਗੇ ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ ਜਿਹੜਾ ਤਾਕ ਲਫ਼ਜ਼ ਹੈ ਨਾ ਤਾਕ ਦਾ ਮਤਲਬ ਅਰਬੀ ਦੇ ਵਿੱਚ ਇਉਂ ਸਮਝ ਲਵੋ ਤੁਸੀਂ ਮਿਹਰਾਬ ਹੁੰਦਾ ਹੈ ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੂੰ ਅਦੁੱਤੀ ਹੈ ਤੂੰ ਲਾਸ਼ਾਨੀ ਹੈ ਭਾਈ ਨੰਦ ਲਾਲ ਕਹਿੰਦੇ ਵੀ ਇਹ ਨਾ ਸਮਝਿਓ ਵੀ ਇੱਦਾਂ ਦਾ ਕੋਈ ਹੋਰ ਵੀ ਹੋਇਆ ਹੋਵੇਗਾ ਦੁਨੀਆ 'ਤੇ ਕਹਿੰਦੇ ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ ਦੋ ਆਲਮ ਨਾ ਇਸ ਆਲਮ ਅੰਦਰ ਸੰਸਾਰ ਅੰਦਰ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਹੈ ਐਸਾ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ ਨਾ ਪਰਲੋਕ ਦੇ ਅੰਦਰ ਉਹਦੇ ਕੋਈ ਬਰਾਬਰ ਦੂਸਰਾ ਹੈ ਕਿਉਂਕਿ ਪ੍ਰਭੂ ਦਾ ਸਰੂਪ ਹੈ ਅਤੇ ਰੱਬ ਵਰਗਾ ਨਾ ਲੋਕ ਵਿੱਚ ਕੋਈ ਹੈ ਅਤੇ ਨਾ ਪਰਲੋਕ ਵਿੱਚ ਕੋਈ ਹੈ ਦੋਹਾਂ ਜਹਾਨਾਂ ਦੇ ਵਿੱਚ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਤੁਲ ਤੁਲਣ ਵਾਲਾ ਕੋਈ ਪੈਦਾ ਨਹੀਂ ਹੋਇਆ ਦੋਹਾਂ ਜਹਾਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੁਸ਼ਿਆਰ ਨੇ ਨਿਪੁੰਨ ਨੇ ਵਿਚਰਨ ਵਾਲੇ ਨੇ ਦੋਹਾਂ ਜਹਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਡਾਂਗ ਕਾਇਮ ਹੈ ਗੁਰੂ ਗ੍ਰੰਥ ਸਾਹਿਬ ਦੇ ਵੀ ਇਹੀ ਬੋਲ ਨੇ ਤਿਸ ਹੈ ਸ਼ਰੀਕ ਨਾਹੀ ਰੇ ਕੋਈ ਉਹਦਾ ਕੋਈ ਸ਼ਰੀਕ ਹੈ ਹੀ ਨਹੀਂ ਹੈ ਦੁਨੀਆ ਵਿੱਚ ਨਾ ਲੋਕ ਵਿੱਚ ਨਾ ਪਰਲੋਕ ਦੇ ਵਿੱਚ ਦੋ ਵਨ ਇਜ਼ ਇਕੁਅਲ ਟੂ ਹਿਮ ਗੁਰੂ ਗੋਬਿੰਦ ਦੀ ਬਰਾਬਰੀ ਨਾ ਕੋਈ ਰਹਿਬਰ
ना कोई पीर ना कोई सरवर ना कोई महापुरुष कर सकता है। सब ओदे चरणा दी धूड़ी ने। ये भाई नंद लाल दी नदर है। अगे आखन लगे हक खुद वसाफे गुरु गोबिंद सिंह बर तरी औ शाफे गुरु गोबिंद सिंह। हक रब खुद कहिंदे आप नूं। किसे ने पुछया भाई नंद लाल गुरु गोबिंद सिंह दी वडियाई दा अंत पा सकदा है। भाई नंद लाल ने इत्थे कमाल दा बचन कहा है हक खुद व शाफे गुरु गोबिंद सिंह। वसाफे कहिंदे ने सिफत करन नूं, अरबी दा लफ्ज है। वडियाई नूं वसाफ कहिंदे ने। कहिंदे गल इह है वसफ गुरु गोबिंद सिंह ऐसी बुलंद हस्ती है एक मेरे वर्गा नाचीज ओदे गुणा दा अंत की पा सकदा है। हक खुद वसाफे खुद रब भी ओदियां वडियाईयां गाउंदा है ते अज तक अंत नहीं पा सकिया। एडा वड्डा है गुरु गोबिंद सिंह। ये रब नूं समुचियां कला दा मालक कहा जांदा है। गुरु गोबिंद सिंह ओदा सरगुण सरूप है ते ओदे कोल गुण ही इन्ने ने इथों तक के रब अपने सरगुण स्वरूप की आप वड्याई करता है पर इत अंत कोई है नहीं है उदा। ये ठीक है गुरु ग्रंथ साहब ने भी यही किया तुहाडे साडे को अंत की पैना है। भल्या दे अमरदास दे गुण भल्या दा अमरदास आप ही गा सकता है। भले अमरदास गुण तेरे तेरी उपमा तोहे बन आवे। क्योंकि साडी हस्ती एडी नहीं है असीम ताकत नूं एक सीमा विच रहन वाला नाचीज बंदा गा नहीं सकता वड्या नहीं सकता गुणा दा अंत पा नहीं सकता। वो तारीफ खुदा आप गुरु गोबिंद सिंह दी करदा है। बाणी दा फरमान है देव पुरी मह गयो आप परमेसर पायो हर सिंघासन दियो श्री गुर तह बैठायो। भट्टा ने कबोल किया पाट आखण लगे गुरु रामदास साहिब सच्चे पातशाह पंज भूतक शरीर ते आ गया है। लोक परलोक दे वाली निर्गुण स्वरूप दे सामने सचखंड गए। जिनी सेवा उन्हां दी चौथे जामे विच लगी सी नभा के ते कहिंदे रब अपने तख्त तो उठिया ध्यान दो हर सिंघासन दियो श्री गुरु तह बैठायो। गुरु रामदास लई खुदा अपना तख्त छड के पासे हो गया ते बिठा लिया अपने सरगुण नूं अपने तख्त दे उत्ते। खुद रब भी ओदी उस्तति करदा है ओदे गुण गाउण वाला है। ते की कीता उत्थे आपां कल ही जिक्र कर रहे सी जो बाणी ने मोर ला दित्ती तिस जेवड़े अवर ना कोई। ओडी विचार होर कोई नहीं है वाहो वाहो बाणी निरंकार है। ते बाणी कहिंदी है भी तख्त रब ने दे दिता। निर्गुण स्वरूप परमात्मा ने अपने सरगुण दे लई तख्त छड दिता। होया कि उथे तख्त ते बिठा के रहस्य कियो सुरदेव तोहे जस जय जय जंपह। रब ने सारे देवी देवते सद ले भी गाओ गुरु रामदास दे गुण एदे चरणा विच बैठ जाओ ते एदे गुण गाओ एदी जय जयकार करो। क्योंकि ए छत्र सिंघासन पिरथमी गुरु अर्जन खो दे आयो। ए साडी जोत दे अगले वाली गुरु अर्जन नूं थाप के इत्थे आ गए ने। इन्हां दी सेवा करो सारे तुसीं। एडा वड्डा है गुरु अर्जन गुरु रामदास गुरु नानक गुरु गोबिंद सिंह ओदी रब सिफत करदा है तख्त ते बिठा के। हक खुद वसाफे गुरु गोबिंद सिंह बरतरी ओ शाफे गुरु गोबिंद सिंह बरतरीन बहुत उच्चियां बहुतियां उच्चियां। पुछो की जी ओ शाफे वडियाईयां गुरु गोबिंद सिंह दियां बड़ियां उच्चियां वडियाईयां ने। इन्नियां उच्चियां वडियाईयां ने भाई नंद लाल कहिंदे उस गुरु गोबिंद सिंह दी वडियाई दा असीं अंत नहीं पा सकदे। औसाफ का मतलब गुण भी हुंदा है वडियाईयां भी हुंदा सिफतां भी हुंदा वडप्पन भी हुंदा अरबी का लफ्ज है। गुरु गोबिंद सिंह तेरियां बड़ियां उच्चियां वडियाईयां ने। गुर की महिमा क्या कहां गुर विवेक सत सर। गुरु की महिमा का अंत नहीं पाया जा सकता। गुरु गोबिंद सिंह समुंदर है बरकतां दा। गुरु नानक समुंदर है बरकतां दा।
अगे भाई नंद लाल आखन लगे आए गुरु गोबिंद उच्चिया सिफतां दा मालक कहि तू। अगला फुरमान है खास गांदर पाए गुरु गोबिंद सिंह कुदसिया बार आए गुरु गोबिंद सिंह। खास गान खास लोक रब नू जेड़े बहुते खास ने अरबी का लफ्ज है खास खास का मतलब हुंदा है प्रधान चुने हुए जिवें बाणी च आउंदा ना पंच प्रमाण पंच प्रधान पंचे पावे दरगह मान दरगाह च मान किन्हां दा प्रधान कौन ने जिन्हां पंच काबू कर ले काम क्रोध लोभ मोह हंकार जिन्हां दे काबू विच ने उही पंच ने प्रधान ने मुख ने महाराज गुरु गोबिंद सिंह पातशाह जेड़े परमात्मा दे दर ते प्रवान हो गए जिन्हां कोल चंगे गुण सन जेड़े सिफतो सलाह करके उहदे दर ते प्रवान हो गए। खास गां दर पाए गुरु गोबिंद सिंह पाए चरणा नूं कहिंदे ने आम लोकां दी ते छड्डो भाई नंद लाल कहिंदे खास प्रवान होए महापुरश वी गुरु गोबिंद सिंह दे चरणा दी धूड़ ने। अगला शेर है कुदसियां बा राय गुरु गोबिंद सिंह। राय कहिंदे ने सलाह लैणी जिवें आपां सलाह करदे आ ना ते कुदसियां पाक पवित्र नूं कहिंदे ने ते पवित्र कहा जांदा देवतियां नूं। ये दुनिया जिन्नी भी बुद्धि दी मालक है उच्ची बुद्धि है दीन दुनिया दे मालक ये उच्ची सुची बुद्धि ये तेरी बख्शी हुई है तू ही समुची कायनात नूं सुरतियां बिरतियां बख्शदा है। ये गुरु गोबिंद सिंह दी कृपा होवे ते सुरती उच्ची हुंदी है। दीन दुनिया दे मालक गुरु गोबिंद सिंह लोकां दी छड्डा जिहड़े बड़े बड़े कुदसीए ने बड़े बड़े पुत्र ताकतां दे बरकतां दे मालक देवी देवते ने वह भी तेरी राय विच चलदे ने तेरे हुक्म विच चलदे ने तेरी अधीनगी विच चलदे ने। रब्बी दरगाह दे पवित्र लोक तेरे पासों राय लैंदे ने उपदेश लैंदे ने ऐसी तेरी गुरु गोबिंद सिंह बुलंद हस्ती है। महाराज पातशाह बारे कहिंदे कुदसियां बा राय गुरु गोबिंद सिंह। जायो समझ लो महापुरशां दी पाक पवित्र लोकां दी इज्जतो आबरू नूं बरकरार रखण वाला गुरु गोबिंद सिंह है। आप भी अपनी ऑटोबायोग्राफी विचित्र नाटक विच गुरु गोबिंद सिंह कहिंदे ने यही काज तराहम जन्मं। समझ लिहो साधु सब मनमंग धर्म चलावन संत उबारन दुष्ट सबन को मूल उपारन। दुष्टा दे खात्मे लई सत पुरशां दी रखिया दे लई गुरु गोबिंद सिंह कहिंदे मैं आया हाँ। इउं पवित्र लोकां नूं बचाउण वाला रखण वाला गुरु गोबिंद सिंह पातशाह है। बाणी च वी आउंदा ना भगतां की टेक तूं संतां की ओट तूं सच्चा सिरजण हारा तू सबना दा गुरु गोबिंद सिंह आसरा है। अगे आखन लगे मुकबले मद्दाहा गुरु गोबिंद सिंह जानो दिलरा राहा गुरु गोबिंद सिंह। गुरु गोबिंद सिंह पातशाह मुकबले मुकबिल कहिंदे ने मकबूल नूं कबूल होए नूं ए अरबी दा लफ्ज है अंगीकृत जो प्रवान हो चुके आवे कबूल हो चुके आवे। जिहड़े कबूल होए महापुरश ने गुरु गोबिंद सिंह मद्दाहा वो तेरा नाम जप के ही कबूल होए ने। जे कबूल होना है ना दरगाह विच ते गुरु गोबिंद सिंह नूं कहिंदे जपिया कर। अगले शेर विच आखण लगे जानो दिल रा राहा गुरु गोबिंद सिंह। राह रस्ते नूं कहिंदे ने दिल अते जान नूं सच्चाई दा रस्ता दिखाउण वाले गुरु गोबिंद सिंह ने। जान नूं सही रस्ते ते चलाउण वाले गुरु गोबिंद सिंह ने सुख सहूलतां बख्शण वाले गुरु गोबिंद सिंह ने। जायों समझ लो अपने प्यारियां सतपुरशां नूं नाम जपण वालियां नूं सुख देण वाले गुरु गोबिंद सिंह पातशाह आप ने। ला मकां पा बोस गुरु गोबिंद सिंह
बरदो आलम कोसे गुरु गोबिंद सिंह ला मकान, जिदा मकान कोई नहीं है वो कौन है? परमात्मा, क्योंकि सारी दुनिया ही उसकी है। उन्हों अरबी फारसी के विद्वान ला मकान कहें, कहें मकान कोई नहीं है, को खास होता निर्गुण स्वरूप अंदर होंदया मकान कोई नहीं है। सरगुण स्वरूप के तौर पर तो नंदा की पुरी भी रहा रहा महल बना के, गुरु के महलों में अमृतसर भी रहा रहा। निर्गुण स्वरूप के तौर पर ला मकान है, अल्लाह ला मकान हों, मकान कोई नहीं है। ला मकान पा बोस गुरु गोबिंद सिंह, बोस कहते ने चुमण को। ए गुरु गोबिंद सिंह पातशाह, जेड़ा ला मकान खुदा है वह भी तेरे चरणा चुमण वाला है। इदों वध के वड्याई कोई महापुरश अपने इष्ट की नहीं कर सकता। कहिंदा वह जेड़ा रब सुनी है, मेरे वर्गे चेले बाल के तेरे पैर चुमदे ही ने, वह जेड़ा रब है तेरा निर्गुण स्वरूप है, तेरी करनी वेख के वह भी तेरे पैर चुमदा है। ला मकान परमात्मा भी तेरे पैर चुमण वाला है, क्यों जी? पार ब्रह्म परमेसर सतगुर आपे करने हारा, चरण धूड़ तेरी सेवक मांगे तेरे दर्शन को बलिहारा। ऐसे गुरु गोबिंद सिंह दे चरणा दी धूड़ी मंगया करिए, जेदी कदम बोसी परमात्मा आप करदा है। एडा वड्डा है गुरु गोबिंद सिंह। वैसे भी साड़ी सिखी विच चरण धूड़ी दी महिमा बड़ी है। तुसी संगत कई बार वेखदे हो जोड़े झाड़ चार मस्तक नूं ला लैंदी है, इत्थे कई तंगी भी बड़ी मनाउंदे वी लै मिट्टी चों की लभदा इत्थे। शायद इन्हां नूं सिधांत दा पता नहीं है भी की लभदा है चरण धूड़ी दे विचों। बाणी दा की फरमान है, चरण धूड़ तेरी सेवक मंगै, तेरे सेवक है गुरु तेरे दर दी धूड़ी मंगदे ने, तेरे दर्शन मंगदे ने। ये अंतरी अर्थ लै लो ते चरण धूड़ी तेरी सिख्या असी लोचदे हैं, बाहर मुखी अर्थ लै लो ते तेरे दर दी धूड़ी हो जाती है, ते गुरु की संगत गुरु का रूप समझी जाती है, ते गुरु की संगत दे चरणा दी धूड़ी गुरु के चरणा दी धूड़ी समझी जाती है। इस्लाम का एक फलसफा रहा है। एक सूफी महापुरश होया है, उस महापुरश ने अरबी फारसी का बड़ा धुरंधर विद्वान सी, बड़ा सुंदर उन्हें उपदेश दिता, तुहानू समझ लग जाएगी भी चरण धूड़ी की की महिमा है। वैसे तो रोज पढ़ते हो ना, आपस कौ जो जाने नीचा, सौ गनिया सब ते उच्चा। वो महापुरश कहिंदा है, अजराहे चुनार के सलामत ना कुनद, अजराहे चुनार के सलामत ना कुनद। आखन लगा, बा खलक चुना जी के कियामत ना कुनद। ये अर्थ समझो, वो सूफी फकीर कहिंदा कदे भी रस्ते विच आकड़ के ना चलिया कर, कदे भी हंकार विच ना चलिया कर, कदे भी आकड़ के ना चल, अहंकार विच ना चल, किसे नू परेशान ना कर, अपनी शक्ति का दिखावा ना कर, रुतबे का तन का जोबन का माण ना कर। इस गल का ख्याल रखी, खलकत दे विच इस ढंग दे नाल रह भी जिथे भी जावे, जिथे भी जावे अहिंसा की गल चले, तेरा लोग अदब करन सत्कार करन भी बड़ा भला पुरश है, जिथे जाता सबना नूं जोड़दा है। ऐदा ना चल भी दुनिया में क्यामत आ जाए, जिधर दी भी नंगे दे अग लाऊ जंतरी बन जावे। पिंड होंगे ना, इधर दी सुन के इधर ला दी, इधर दी सुन के उधर ला दी। चार भरा कठे रेंदे सी, पांच मिनट चौवां को बह गया, पांच पांच मिनट चौवां को बह गया, तो कंध कढ़वा दी इन्हां दे घर विच। कहिंदे क्यामत ना लिया दुनिया ते, किसे दा दिल ना दिखा दुनिया ते, खलकत विच अहंकार दे नाल ना चल, निर्माण होके चल, उपराम होके चल, नीवा होके चल। कहिंदे चलो गलियां मोहल्लियां दी ते छड़िए, कई मस्जिद विच जाके भी अपनी जात दा पात दा अहंकार दा रुतबे दा मान चुकी फिरदे ने, इन्हां नूं रब कदे नहीं मिल सकदा। इह गुरुद्वारे ते भी ढुकदी है गल। उह बड़ा सुंदर कहिंदा, कहिंदा दर मस्जिद गर रवि के कुना सो के तुरा, गर मस्जिद
अगर तू मस्जिद विच भी इदां चलेगा हंकार नाल चलेगा खुदा सामे भी हंकार नाल चलेगा परवानगी नहीं है हर जियो अहंकार ना पावई उनू अहंकार चंगा नहीं लगता दर मस्जिद घर रवि के गुना जोके तुरा जे तेरे अंदर परमात्मा दी इबादत दा चस्का है शौक है ते मस्जिद विच खुदा दा नाम लैण जाई जाके की करना है दरबेश ना खुदा वंद ओ इमामत ना कुनद जाके खुदा दे दरबार विच इमाम बन दी कोशिश ना करी रब दे दर ते जाके मस्जिद विच जाके कोशिश करें भी सब तो अगे मैं लगा इमाम मैं बना सारे मेरे पिछे निमाजी बन के चलन सारिया तो अगे कतार विच मैं रवा सारी दी सारी खलकत मेरा पिछा करे मैं गुरु घर जावा मैं मस्जिद जावा नंबर एक ते मैं रवा ये जेड़े नंबर एक ते होंगे इन्हां नूं रब कदे नहीं जे मिलता ये सारिया नूं सुट के एक नंबर दे लगन नूं जेड़े फिरदे होंदे ने ना इन्हां नूं रब कदे नहीं मिलता कहिंदा अगर तेरे अंदर मस्जिद विच गया ये जज्बा है भी सारिया दा आगू तू होवे नंबर एक मैं होवां सारी दुनिया मेरे पिछे चले मेरे हुक्म दे विच चले कहिंदे याद रखी रब कदे नहीं मिलदा मस्जिद विच जिसनू भी रब मिलिया है धूड़ी विच लेट के ही मिलिया है निवाण विच चलिया ही मिलिया है निर्माणता विच चलिया ही मिलिया है जिन्ना चिर खाक नहीं बन जांदा याद रखी उन्ना चिर परमात्मा दे दर ते प्रवान नहीं होवेगा जे आके गुरु घर मंदरां मस्जिदां विच भी यही जज्बा दिखावे भी सारे मेरे पिछे चलन सारिया दा मैं आगू रवां आखण लगे जे ए हंकार गुरु घर लैके आ गया ते तू दास दे तौर ते प्रवान नहीं होवेगा क्योंकि जेड़ा दास है ऐसा तेरा दास है ज्यों धरनी मैं खे दास ओही प्रवान है जेड़ा खे हो गया मिट्टी हो गया ओदे दर ते चुक गया ते गई दे गुरु घर आ कहंदे वी गुरद्वारा ही साडे आसरे हद होई पई है वे गुरु दे आसरे तू है तेरे आसरे गुरद्वारा नहीं है ये भुलेखा कढ देना चाहीदा सानू कई कहीं दे मस्जिदां ही साडे सिर ते चलदियां ने ये मस्जिद दे सिर ते नहीं है काबा ये नहीं चलाउंदा काबा इहनू चला रहा सी भाव के गुर सिखी दे अंदर जां किसे भी धर्म दे अंदर चले जाओ निम्रता है ते प्रवानगी है और साफ कह दिता सी कबीर ने हर है खांड रेत मह बिखरी हाथी चुनी ना जाए कहिंदे परमात्मा खंड दे दाणियां वर्गा ते खिलरिया भी रेत विच पिया लभना औखा है ते हाथी किदां चुगेगा खंड चुगण लई ते कीड़ी बनना पैना ना हाथी ते चुग नहीं सकदा कहिंदे तू हंकार विच हाथी होया फिरदा है खंड चुगणी है ते कीड़ी बन जा निर्माण विच आ जा निम्रता विच आ जा ता ही ते बाणी ने कहा आपस को जो जाने नीचा सोऊ गनिया जिन्ना नीवा हो जावेगा उन्ना उचाइयां ते जावेगा ते जेड़ा नीवा हो गया चरण कमल स्यों लागो मान सतगुर तूठै कीनो दान जेड़ा गुरु गोबिंद दे चरणा विच चुक गया दान नाल झोलियां भर दित्तियां मन दियां झोलियां नाम नाल तन दियां झोलियां धन दौलतां नाल भर दिंदा ए परमात्मा भी गुरु गोबिंद सिंह दी कदम बोसी करदा है आ गुरु गोबिंद सिंह दे चरणा नाल जुड़ ला मकां पा बोसे गुरु गोबिंद सिंह खुदा दे दर ते गुरु दे दर ते आउना है चरण धूड़ी बन के आया कर याद रखी सिख जगत विच इसे करके चरण धूड़ी दी महिमा है इसे करके मस्तक नूं धूड़ी लाउंदे ने क्योंकि इत्थे जिन्ना नीवा होवेगा उन्नियां बरकतां मिलनियां ने दीन दुनिया दे मालक गुरु गोबिंद सिंह दी शान विच भाई नंद लाल कहिंदे रब भी कदम बोसी करदा है गुरु गोबिंद दे चरणा दी धूड़ी लभदा है और इत्थे ते गुरमुखां नूं भी इन्नी वडियाई है कहिंदे जन नानक धूड़ मंगै तिस गुर सिख की जो आप जपै अवरै नाम जपावै हौ निव निव लागो भाई जी साधुआं सत पुरशां दा ही इन्ना अदब है ते गुरु गोबिंद दे चरणा दी धूड़ी दी बरकत कैसी होवेगी सो कहिंदे सदा गुरु गोबिंद सिंह दी कदम बोसी करिया कर चुक के रिहा कर इमाम बन दी कोशिश ना करी इत्थे इत्थे सियाणपा ना लैके आया कर शरदा लैके आया कर
सेवादार बन की कोशिश करया कर, मालक बन की इथे कोशिश ना करी। मालक नू नहीं, निमाणे नू गुरु गोबिंद सिंह मिलता है, चरणा विच चुकन वाले नू मिलता है। फिर पढ़ दवा, हर जियो अहंकार ना पावई, वेद कूक सुनावै उनू हंकार नहीं पाउंदा, उनू निम्रता पाउंदी है। अगे आखन लगे, सुलस हम महकू में गुरु गोबिंद सिंह, रुबा हम मखतू में गुरु गोबिंद सिंह। सुलस तिना नू कहिंदे ने, तीजे हिस्से नू तिहाई नू। हम महकूम, महकूम कहिंदे ने जिहड़े नौकर चाकर हुंदे, ताबेदार, जिवें राजे दी प्रजा हुंदी है। सुलस हम महकूम गुरु गोबिंद सिंह, हम कहिंदे ने भी ऐ गुरु गोबिंद सिंह तेरे चरणा दी धूड़ी जिथे सब लोचदे ने उथे सुलस तिन देवते शिवजी ब्रह्मा विष्णु वर्गे भी तेरे चरणा दी धूड़ी लोचदे ने, तेरी प्रजा ने, तेरे हुक्म विच चलदे ने। रोज ते जपजी साहिब विच पढ़दा है, एक संसारी एक भंडारी एक लाए दीवान, जिव तिस भावै तिवै चलावै। जिव होवै रब दे हुक्म चलदे, ते रब कौन है? गुर परमेसर। एको जान गुरु गोबिंद सिंह दे हुक्म विच ही आ शिवजी ब्रह्मे विष्णु वर्गे चलदे ने। रुबा हम मखतूम गुरु गोबिंद सिंह, रुबा चार नू कहिंदे ने फारसी विच, चार वेद भाव के धार्मिक ग्रंथ जिहड़े ने उन्हां ते भी गुरु गोबिंद सिंह दी मोहर है, उन्हां ते भी गुरु गोबिंद सिंह दा हुक्म चलदा है। वह भी गुरु गोबिंद दे निर्गुण स्वरूप दी वडियाई गाउण वाले ने। मखतूम, मखतूम दा मतलब हुंदा जिहड़ी मोहर लाउंदे ने सरकारी लोक, वह मोहर गुरु गोबिंद सिंह दी समुचे जगत ते लगी हुई है। सुदस हलकै बागोश गुरु गोबिंद सिंह, दुश्मन अफगन जोश गुरु गोबिंद सिंह। ऐ गुरु गोबिंद सिंह पातशाह सुदस छे नूं कहिंदे ने, छे की ने? शास्त्र। ऐ गुरु गोबिंद सिंह सच्चे पातशाह छे शास्त्र, हलकह, हलकह कहिंदे ने कुंडलां नूं। ऐ गुरु गोबिंद सिंह बागोश, तेरे कन्नां दे छे शास्त्र कुंडल ने, भाव ये जिन्ने धार्मिक ग्रंथ ने तेरे निर्गुण स्वरूप की वडियाई गाउण वाले ने, तेरे ही गुण गाउण वाले ने, इसलिए तेरे असी गुण गाउंदे हाँ। दुश्मन अफगन जोश गुरु गोबिंद सिंह, दुश्मन का मतलब सीधा वैरी है, अफगन का मतलब हुंदा पटक के मारना। ऐ गुरु गोबिंद सिंह सच्चे पातशाह, तेरा जोश, तेरा वीर रस अफगन जोश लिखिया, तेरे जोश दे अगे दुश्मन टिक नहीं सकता। दुश्मना नू गिराउन वाला तेरा जोश है, पड़क पड़क के मारन वाला है तू दुश्मना नू, चाहे वह काम क्रोध रूपी दुश्मन ने, चाहे वह प्रतख दुश्मन ने, तू पड़क पड़क के दुश्मना नू मारन वाला है। ऐसी तेरी पहुंच है, 14 जंगा दरमियान तू इसे तरह दुश्मना दा सफाया कीता है। खालसो बेकीन गुरु गोबिंद सिंह, हक हक आई ने गुरु गोबिंद सिंह। खालसो, खालस लफ्ज वरत्या है, खालस का मतलब हुंदा शुद्ध स्वरूप, बहुत शुद्धता दे विच। हुण जेड़ा खालस लफ्ज है अरबी का लफ्ज है, खालसा अरबी का लफ्ज है। महाराज आखन लगे, भाई नंद लाल जी, ऐ गुरु गोबिंद सिंह तू खरा है, रंचक मात्र भी झूठ तैनू पौंदा नहीं है, तू सच स्वरूप है, तू खरा है। ऐ गुरु गोबिंद सिंह तू खालस है, कपट तू रहत है, तू शुद्ध स्वरूप है, पवित्र है, निर्वैर है। तेरे नाल मुगलिया सल्तनत ने इस्लाम जगत दे अपने आप नू बड़े बड़े सैयद कहाउण वालिया ने झूठियां कसमां खा के कपट कमाया। तेरे नाल बाई तार दे राजिया ने कपट कमाया, पर तू किसी नू भी किधरे धोखा नहीं दिंदा, धोखे विच नहीं रखदा। तू बड़ा पाक है, तू बड़ा पवित्र है, ते तेरा साजिया नवाजिया खालसा भी कुछ ऐसा ही है। कहो कबीर, जन पए खालसे प्रेम भगत जिहे जानी। तेरा जेड़ा खालसा है वह भी निष्कपट है, धोखा धड़ी नहीं करता।
एक परमात्मा नूं मनन वाले नूं ही खालसा कहिंदे ने। केवल एक शुद्ध स्वरूप का पुजारी खालसा, अकाल पुरख की फौज प्रगटे हो खालसा, परमात्म की मौज पूरन जोत जगह कट मैं तब खालस ताहे ना खालस हो। जानै खालसा कौन है? जेड़ा एक परमात्मा नूं हिरदे विच प्रगट करदा है, एक निर्मल स्वरूप नूं त्यौंदा है, उहदे तों लहदा किसे नूं नहीं त्यौंदा। अगे लफ्ज वरत्या है हक हक आईना है गुरु गोबिंद सिंह। आईना शीशे नूं कहिंदे ने, फारसी दा लफ्ज है। ये सारी रचना अरबी फारसी दी है, किते कोई लफ्ज फारसी दा मिलेगा किते कोई अरबी दा लफ्ज मिलता है। कहिंदे हक हक आईना है गुरु गोबिंद सिंह। गुरु गोबिंद सिंह पातशाह सचे रब दा शीशा ने। गुरु गोबिंद सिंह पातशाह शीशे वर्गे ने, साफ ने, पाक ने। गुरु गोबिंद सिंह साहिब सचे पातशाह दुनिया दे मालक शीशे वर्गे न्याकारी ने। वेखो शीशे दा सुभा है, जिदा की शकल होवे उदा की विखाउंदा है, जिदा की करतूत होई उदा का ही फल मिलना है। गुरु गोबिंद सिंह ही फल प्रदाता है। मंदी होई ते पदा, चंगी होई ते खेड़े। ऐ गुरु गोबिंद सिंह शीशे दी न्याई न्याकारी है, तू जो है तू सामने दिखा दिना है। जो मैं किया सो मैं पाया, ऐसा तेरा सुभा है। अगे महाराज पातशाह बाबत आखन लगे ने, हक हक अंदेश गुरु गोबिंद सिंह, बादशाह दरवेश गुरु गोबिंद सिंह। अंदेश फारसी का लफ्ज है। अंदेश का मतलब हुंदा जेड़ा सोच विचार करता है। हक हक अंदेश चिंतन करने वाला, सोच विचार करने वाला। ऐ गुरु गोबिंद सिंह सच्चे पातशाह तू सच्चे रब का चिंतन करने वाला है। हक हक एक हक का अर्थ है सच, एक का अर्थ है रब। तू सच्चे रब नू सदा चिंतन करने वाला है, याद करने वाला है। कहते रहे ने दुष्ट दमन दे रूप विच, बैठे ने चौंकड़ा ला के उहदी याद दे विच अकीदा रख के दिन रात उसनू सिमरदे ने। मौत चढ़ के आ गई, सरसा दे कंडे बैठे ने, उत्थे भी उसकी याद दे विच आसा दी वार लगदी है। चमकौर दी गड़ी विच लखां दा घेरा है। रात नू अटारी तो थले उतरे ने। बड़ा सुंदर उस मुसलमान वीर ने लिखिया है, कहिंदा जब डेढ़ घड़ी गुजरी जिक्रे खुदा में, खेमे से निकल आए हजूर हवा में, कदमों से टहलते थे मगर दिल था दुआ में, बोले ऐ खुदावंद खुश हूं तेरी रजा में, वाहे गुरु वाहे गुरु है मुंह से निकलता, है तू ही तू, है तू ही तू है मुंह से निकलता। दो लाल विछड़ गए, आनंदा दी पुरी उजड़ गई, माता विछड़ गई, माता साहब कौर, माता सुंदर कौर जी गुरु के महल विसर गए, विछोड़ा पै गया, मां गुजरी विछड़ गई, सारा कुछ गवा के भी वाहे गुरु है मुंह से निकलता। तू सदा ही उहदा चिंतन करन वाला है, ते तेरे सिख सेवक सदा ही उहदा चिंतन करदे ने। हक हक अंदेश गुरु गोबिंद सिंह। गुरु गोबिंद सिंह रब नूं समझदे ने, उहदा चिंतन करदे ने। बादशाह दरवेश गुरु गोबिंद सिंह। बादशाह दा अर्थ फारसी दा लफ्ज है, याद रखियो। बाद कहिंदे ने तख्त नूं, ते शाह कहिंदे ने स्वामी नूं। तख्त दा स्वामी बादशाह, तू महाराज सिंघासन पत्त है। आ वेखो सिंघासन ते ही बहिंदा ना, आपां दे चरणां च बहिंदे झोलियां अड के। ऐ दीन दुनिया दे मालक तू तख्त दा मालक है, तू बादशाह है। नंदा दी पुरी विच तख्त ते बहिंदा है, हीर वर्गियां दियां गरीब गुरबियां दियां झोलियां भरदा है। हैरानी इस गल दी है, एक जगह ते तू अमृत दा दानी बनया है, अमृत दा दातार बन के पंज प्यारे तेरे चरणा विच चुके बैठे ने।
ते खंडे दी पौल बख्शदा होया बादशाह लगदा है, झोलियां भरदा होया बादशाह लगदा है। हैरानी इस गल दी है, अगले पल वेख्या उन्हां पंजां प्यारियां दे सनमुख वीर आसन ला के चरणा विच बैठ के ते झोली अड के जदों अमृत दी दात मंगी, जेड़ा तख्त ते बैठा बादशाह लगदा सी, भाई नंद लाल कहिंदे मैनू दरवेश जिहा जापण लग पिया है, मैनू फकीर लग्या है। कदे चेले मुरशद दे चरणा विच तुसीं बैठे देखे होण, इह मनण विच आउंदा है कदे मुरशद चेलियां दे चरणा विच बैठा होवे कदे नहीं जे दुनिया ते होया। ਇਹ ਗੁਰੂ ਗੋਬਿੰਦ ਸਿੰਘ ਐਸਾ ਹੈ। ਦਰਵੇਸ਼ ਕੀ ਹੁੰਦਾ ਹੈ? ਦਰ ਆਵੇਸ਼, ਪਦਛੇਦ ਕਰ ਲਓ, ਦਰ ਆਵੇਸ਼। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਆਵੇਸ਼ ਦਰਵਾਜ਼ੇ ਤੇ ਟੰਗਿਆ ਰਹਿਣ ਵਾਲਾ, ਪਰਮਾਤਮਾ ਦੇ ਦਰਵਾਜ਼ੇ ਤੇ ਟੰਗੇ ਰਹਿਣ ਵਾਲੇ ਨੂੰ ਫਕੀਰ ਕਹਿੰਦੇ ਨੇ, ਦਰਵੇਸ਼ ਕਹਿੰਦੇ ਨੇ, ਪਰਮਾਤਮਾ ਦੇ ਦਰ ਦੇ ਭਿਖਾਰੀ ਨੂੰ ਦਰਵੇਸ਼ ਕਹਿੰਦੇ ਨੇ। ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੂੰ ਆਪ ਹੀ ਬਾਦਸ਼ਾਹ ਹੈ, ਤੂੰ ਆਪ ਹੀ ਫਕੀਰ ਬਣਿਆ ਹੋਇਆ ਹੈ, ਕਿਤੇ ਤੂੰ ਬਾਦਸ਼ਾਹ ਬਣ ਕੇ ਝੋਲੀਆਂ ਭਰਦਾ ਹੈ, ਕਿਤੇ ਫਕੀਰ ਬਣ ਕੇ ਆਏ ਮਹਾਰਾਜ ਖੰਡੇ ਦੀ ਪੌਲ ਮੰਗਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਆਪ ਹੀ ਬਾਦਸ਼ਾਹ ਹੈ, ਆਪ ਹੀ ਤੂੰ ਫਕੀਰ ਹੈ। ਇੱਕ ਮਹਾਂਪੁਰਸ਼ ਵਿਦਵਾਨ ਹੋਇਆ ਹੈ, ਬੜਾ ਮਹਾਨ, ਉਹਦਾ ਜ਼ਿਕਰ ਇਤਿਹਾਸ ਵਿੱਚ ਮਿਲੇਗਾ ਤੁਹਾਨੂੰ, ਸ਼ਾਹ ਮੁਹੰਮਦ ਲਤੀਫ। ਉਹ ਜੀਵਨ ਲਿਖਣ ਲੱਗਾ ਸੀ ਗੁਰੂ ਗੋਬਿੰਦ ਸਿੰਘ ਦਾ, ਕਲਮ ਲਈ ਚੁੱਕ ਉਸਨੇ, ਉਹ ਕਲਮ ਚੁੱਕ ਕੇ ਬਾਦਸ਼ਾਹਤ ਬਿਆਨ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਦੀ। ਕਹਿੰਦਾ ਬਾਦਸ਼ਾਹਾਂ ਦੇ ਦਰ ਤੇ ਵੀ ਕਈ ਖਾਲੀ ਮੁੜਦੇ ਨੇ, ਪਰ ਇਹਦੇ ਦਰ ਤੋਂ ਤੇ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ, ਕੀ ਲਿਖਾਂ ਇਹਦੇ ਬਾਰੇ ਮੈਂ? ਤੇ ਜੇ ਕੋਈ ਬਾਦਸ਼ਾਹ ਹੈ ਉਹ ਫਕੀਰੀ ਧਾਰਦਾ ਨਹੀਂ ਵੇਖਿਆ, ਇਹ ਖੰਡੇ ਦੀ ਪੌੜ ਚਰਨਾਂ 'ਚ ਬੈਠ ਕੇ ਮੰਗਦਾ ਏ, ਇਹਨੂੰ ਫਕੀਰ ਲਿਖਾਂ, ਇਹਨੂੰ ਦਰਵੇਸ਼ ਲਿਖਾਂ, ਇਹਨੂੰ ਬਾਦਸ਼ਾਹ ਲਿਖਾਂ, ਦਇਆ ਦ੍ਰਿਸ਼ਟੀ ਦਾ ਮਾਲਕ ਫਕੀਰ ਲਿਖਾਂ, ਕਿ ਕੁੱਲ ਕਾਇਨਾਤ ਦੇ ਤਖਤ ਦਾ ਵਾਲੀ ਬਾਦਸ਼ਾਹ ਲਿਖਾਂ? ਕਹਿੰਦਾ ਮੈਨੂੰ ਸਮਝ ਨਹੀਂ ਪੈਂਦੀ, ਗੁਰੂ ਗੋਬਿੰਦ ਸਿੰਘ ਇੱਕ ਹੈ, ਗੁਣ ਇਹਦੇ ਬੇਅੰਤ ਨੇ, ਤਾਂ ਹੀ ਦੂਜੇ ਭਾਈ ਗੁਰਦਾਸ ਨੇ ਲਿਖਿਆ ਸੀ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਆਪ ਦਰਵੇਸ਼ ਹੈ, ਉਹ ਆਪ ਫਕੀਰ ਹੈ, ਕਿਤੇ ਉਹ ਕੁੱਲ ਕਾਇਨਾਤ ਦਾ ਮਾਲਕ ਬਾਦਸ਼ਾਹ ਬਣ ਕੇ ਬੈਠਾ ਹੋਇਆ ਹੈ। ਐਸਾ ਗੁਰੂ ਗੋਬਿੰਦ ਸਿੰਘ ਦਾ ਰੁਤਬਾ ਏ, ਮੁਕਰਮ ਉਲ ਫਜ਼ਾਲ ਗੁਰ ਗੋਬਿੰਦ ਸਿੰਘ, ਮੁਨੇ ਉਲ ਮੁਤ ਆਲ ਗੁਰ ਗੋਬਿੰਦ ਸਿੰਘ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੂੰ ਕੀ ਹੈ? ਮੁਕਰਮੁਲ ਫਜ਼ਾਲ, ਇਹਦੇ ਜਿਹੜੇ ਅਰਥ ਨੇ ਨਾ, ਮੁਕਰਮ ਕਹਿੰਦੇ ਨੇ ਜਿਹਦੀ ਇੱਜ਼ਤ ਬੜੀ ਹੋਵੇ, ਜਿਹਦੀ ਸ਼ਾਨ ਬੜੀ ਹੋਵੇ, ਜਿਹਦਾ ਮਾਣ ਕੀਤਾ ਜਾਵੇ। ਇਹ ਅਰਬੀ ਦਾ ਲਫ਼ਜ਼ ਹੈ ਮੁਕਰਮ, ਇੱਜ਼ਤ ਪਾਉਣ ਵਾਲਾ। ਅੱਗੇ ਲਫ਼ਜ਼ ਵਰਤੇ ਗਏ ਨੇ ਫਜ਼ਾਲ, ਫਜ਼ਾਲ ਦਾ ਮਤਲਬ ਹੁੰਦਾ ਕਿਰਪਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਦੇ ਜਿਹੜੇ ਗੁਰਸਿੱਖ ਨੇ, ਤੇਰੇ ਦਰ ਦੇ ਜਿਹੜੇ ਭਿਖਾਰੀ ਨੇ, ਉਹ ਤੇਰੇ ਪਾਸੋਂ ਇੱਜ਼ਤ ਪਾਉਣ ਵਾਲੇ ਨੇ। ਤੂੰ ਗੁਰਸਿੱਖਾਂ ਤੇ ਕਿਰਪਾਮਈ ਨਦਰ ਕਰਕੇ ਝੋਲੀਆਂ ਭਰਦਾ। ਫਜ਼ਾਲ ਕਿਰਪਾ ਨੂੰ ਕਹਿੰਦੇ ਨੇ। ਮੁਕਰਮ ਕਿਹਾ ਜਾਂਦਾ ਹੈ ਇੱਜ਼ਤ ਪਾਉਣ ਵਾਲਾ, ਫਜ਼ਾਲ ਹੁੰਦੀ ਹੈ ਕਿਰਪਾ। ਗੁਰੂ ਗੋਬਿੰਦ ਸਿੰਘ, ਤੂੰ ਕਿਰਪਾ ਦਾ ਸਾਗਰ ਹੈ, ਸਭਨਾਂ ਦੀਆਂ ਝੋਲੀਆਂ ਭਰਨ ਵਾਲਾ ਹੈ, ਐਸੀ ਪਹੁੰਚ ਦਾ ਮਾਲਕ ਹੈ ਤੂੰ, ਐਸੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਮੁਨਿਮ ਉਲ ਮੁਤ ਆਲ ਗੁਰ ਗੋਬਿੰਦ ਸਿੰਘ, ਮੁਨਿਮ ਮੁਨਿਮ ਹੁੰਦਾ ਜਿਹੜਾ ਇਨਾਮ ਦੇਵੇ, ਤੇ ਮੁਕਰਮ ਹੁੰਦਾ ਜਿਹੜਾ ਇੱਜ਼ਤ ਪਾਵੇ। ਤੂੰ ਇਨਾਮ ਦੇਣ ਵਾਲਾ ਹੈ, ਤੇ ਜਿਹੜੇ ਤੇਰੇ ਪਾਸੋਂ ਇਨਾਮ ਪਾਉਂਦੇ ਨੇ, ਮੁਕਰਮ ਨੇ, ਜਿਹੜੇ ਤੇਰੇ ਸਿੱਖ ਨੇ ਮਹਾਰਾਜ ਪਾਤਸ਼ਾਹ, ਜਿਨ੍ਹਾਂ ਦੀਆਂ ਤੂੰ ਝੋਲੀਆਂ ਭਰਦਾ ਹੈ, ਉਹਨਾਂ ਦੀ ਦੁਨੀਆਂ ਵਿੱਚ ਵਡਿਆਈ ਬੜੀ ਹੈ। ਤੂੰ ਵੱਡੀਆਂ ਦਾਤਾਂ ਦੇਣ ਵਾਲਾ। ਬਾਬਾ ਬਚਿੱਤਰ ਸਿੰਘ ਦੀ ਵਡਿਆਈ ਕਿਉਂ? ਕਿਤੇ ਹਾਥੀ ਢਹਿੰਦਾ ਬੰਦੇ ਕੋਲੋਂ, ਬਸ ਝੋਲੀ ਬਰਕਤਾਂ ਪਾ ਦਿੱਤੀਆਂ, ਹਾਥੀ ਢਹਿ ਗਿਆ, ਜੈ ਜੈਕਾਰ ਹੋ ਗਈ। ਪਿਆਰਿਆਂ ਨੂੰ ਵਡਿਆਈ ਬਖਸ਼ਦਾ ਹੈ, 125,000 ਨਾਲ ਲੜਾ ਕੇ ਵਡਿਆਈਆਂ ਬਖਸ਼ਣ ਵਾਲਾ ਹੈ, ਐਸੀ ਪਹੁੰਚ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਮਾਲਕ ਹੈ, ਵੱਡੀਆਂ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ। ਇੱਕ ਮਹਾਂਪੁਰਸ਼ ਹੋਇਆ ਹੰਸ ਰਾਮ,
ਇਹ 52 ਕਵੀਆਂ ਚੋਂ ਇੱਕ ਕਵੀ ਸੀ। ਇਹਨੇ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਵਿਤਾ ਸੁਣਾਈ। ਕਿੱਡਾ ਦਾਤਾ ਹੈ ਗੁਰੂ ਗੋਬਿੰਦ ਸਿੰਘ, ਧਿਆਨ ਦਿਓ। ਤੇ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਭਿਖਾਰੀਆਂ ਦੀ ਸ਼ਾਨ ਕਿੱਡੀ ਹੈ, ਗੁਰੂ ਗੋਬਿੰਦ ਦੀ ਸ਼ਾਨ ਤੇ ਆਪਾਂ ਬਿਆਨ ਕਰ ਹੀ ਨਹੀਂ ਸਕਦੇ। ਇਹ ਤੁਹਾਡੇ ਮੇਰੇ ਵਰਗੇ ਜਿਹੜੇ ਭਿਖਾਰੀ ਨੇ ਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੇ, ਉਹਨਾਂ ਦੀ ਵੀ ਸ਼ਾਨ ਹੈ, ਗੁਰੂ ਕੇ ਕੂਕਰਾਂ ਦੀ ਵੀ ਸ਼ਾਨ ਹੈ। ਗੁਰੂ ਕੀ ਸ਼ਾਨ ਤੇ ਕੀ ਬਿਆਨ ਕਰਨੀ ਹੈ। ਹੰਸ ਰਾਮ ਨੇ ਕਵਿਤਾ ਸੁਣਾਈ ਤੇ ਬਾਪੂ ਖੁਸ਼ ਹੋ ਕੇ ਇਨਾਮ ਦਿੰਦਾ ਆਇਆ। ਉਸਨੂੰ ਇਨਾਮ ਕੀ ਦਿੱਤਾ ਹੈ? ਮਹਾਰਾਜ ਪਾਤਸ਼ਾਹ ਨੇ ਘੋੜੇ ਦਿੱਤੇ, ਇੱਕ ਘੋੜੇ ਤੇ ਸੋਨੇ ਦੀ ਕਾਠੀ ਦਿੱਤੀ, ਜਿਹਦੇ ਤੇ ਹੰਸ ਰਾਮਾ ਤੂੰ ਸਵਾਰੀ ਕਰਿਆ ਕਰੇਗਾ। ਧਿਆਨ ਦਿਓ, ਸੋਨੇ ਦੀ ਕਾਠੀ, ਘੋੜੇ ਬਖਸ਼ੇ, 5 ਹਾਥੀ ਦਿੱਤੇ ਤੇ ਨਾਲ 100 ਸਿੰਘ ਦਿੱਤਾ ਵੀ ਇਹਨੂੰ ਹੰਸ ਰਾਮ ਨੂੰ ਹਾਥੀ ਤੇ ਬਿਠਾ ਲਵੋ, ਇਹ ਘੋੜੇ ਨਾਲ ਲੈ ਜਾਵੋ, ਸੋਨੇ ਦੀ ਕਾਠੀ ਲੈ ਜਾਵੋ, ਸੋਨੇ ਦੀਆਂ ਮੋਹਰਾਂ ਦਾ ਥੈਲਾ ਭਰ ਕੇ ਦਿੱਤਾ, ਇਹ ਸਭ ਕੁਝ ਲੈ ਜਾਵੋ, ਪਹਾੜਾਂ ਥਾਣੀ ਲੰਘਣਾ ਹੈ, ਹਿਫਾਜ਼ਤ ਨਾਲ ਸਿੰਘੋ ਇਹਨੂੰ ਘਰ ਛੱਡ ਆਓ, ਇਹਨੇ ਕਿਉਂਕਿ ਪਹਾੜੀ ਰਾਜੇ ਕਿਤੇ ਲੁੱਟ ਨਾ ਲੈਣ ਇਹਨੂੰ ਵਿਚਾਰੇ ਨੂੰ। ਹੰਸ ਰਾਮ ਨੇ ਕਵਿਤਾ ਸੁਣਾਈ, ਘੋੜੇ ਮਿਲ ਗਏ, ਹਾਥੀ ਮਿਲ ਗਏ, ਸੋਨੇ ਦੀਆਂ ਮੋਹਰਾਂ ਤੇ ਸੋਨੇ ਦੀ ਕਾਠੀ ਮਿਲ ਗਈ, ਖੁਸ਼ ਹੋ ਪਿਆ ਬਾਪੂ। ਤੇ ਜਦੋਂ ਹੰਸ ਰਾਮ ਚੱਲਿਆ ਨਾ, ਇਹ ਪੰਘਾਣੀ ਦਾ ਯੁੱਧ ਤੁਸੀਂ ਸੁਣਿਆ ਹੋਵੇਗਾ, ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ, ਸਵੈ ਜੀਵਨੀ ਵਿੱਚ, ਆਟੋਬਾਇਓਗ੍ਰਾਫੀ ਵਿੱਚ, ਬਚਿੱਤਰ ਨਾਟਕ ਵਿੱਚ ਬਾਪੂ ਨੇ ਲਿਖਿਆ ਹੈ। ਹਰੀ ਚੰਦ ਤਾਕ ਵਿੱਚ ਹੀ ਰਹਿੰਦਾ ਸੀ ਵੀ ਕਦੋਂ ਘੇਰਾਂ ਗੁਰੂ ਗੋਬਿੰਦ ਸਿੰਘ ਨੂੰ ਸ਼ਿਕਾਰ ਖੇਡਣ ਆਉਂਦਾ ਹੈ। ਇਹ ਪੰਘਾਣੀ ਦੇ ਯੁੱਗ ਤੋਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ। ਹੰਸ ਰਾਮ ਜਾ ਰਿਹਾ ਸੀ ਘਰ ਨੂੰ, ਨਾਲ ਸਿੰਘ ਛੱਡਣ ਜਾ ਰਹੇ ਸਨ ਤੇ ਹਾਥੀ ਤੇ ਸਵਾਰ ਸੀ, ਤੇ ਹਰੀ ਚੰਦ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਆ ਰਿਹਾ ਹੈ। ਹਰੀ ਚੰਦ ਨੂੰ ਭੁਲੇਖਾ ਪੈ ਗਿਆ ਗੁਰੂ ਗੋਬਿੰਦ ਸਿੰਘ ਆ ਰਿਹਾ ਹੈ, ਤੇ ਸਾਹਮਣੇ ਫੌਜਾਂ ਲੈ ਕੇ ਖਲੋਤੇ ਹਰੀ ਚੰਦ ਨੇ ਤਨੁੱਖ ਕੱਢਿਆ, ਪੱਥੇ ਚੋਂ ਤੀਰ ਖੜ ਕੇ ਚਲਾਉਣ ਲੱਗਾ। ਤੇ ਹੰਸ ਰਾਮ ਬੈਠਾ ਹਾਥੀ ਦੇ ਉੱਤੇ ਤੇ ਦੂਰੋਂ ਹੀ ਰੌਲਾ ਪਾ ਦਿੱਤਾ ਵੀ ਤੈਨੂੰ ਭੁਲੇਖਾ ਪੈ ਗਿਆ ਜੀ, ਮੈਂ ਤੇ ਕਵੀ ਹਾਂ, ਮੈਂ ਕੋਈ ਸੂਰਮਾ ਥੋੜ੍ਹੀ ਹਾਂ ਵੀ ਤੇਰੇ ਨਾਲ ਜੰਗ ਲੜਨੀ ਹੈ, ਮੈਂ ਐਵੇਂ ਹੱਥੋਂ ਪਾਈ ਹੋਵੇਗੀ। ਹੰਸ ਰਾਮ ਕਹਿੰਦਾ ਵੀ ਮੇਰੀ ਇੱਕ ਕਵਿਤਾ ਸੁਣ ਲਾ, ਤੇ ਜੇ ਤੇਰਾ ਦਿਲ ਕਰੂ ਤਾਂ ਫਿਰ ਜੰਗ ਵੀ ਕਰ ਲਈ, ਹੈ ਮੈਂ ਕਵੀ, ਮੈਂ ਕੋਈ ਸੂਰਮਾ ਨਹੀਂ, ਮੇਰੀ ਕਵਿਤਾ ਸੁਣ ਲਾ ਤੇ ਦਿਲ ਕਰੂ ਜੰਗ ਵੀ ਕਰ ਲਈ। ਗੁਰੂ ਗੋਬਿੰਦ ਸਿੰਘ ਆਪ ਹੀ ਬਰਕਤਾਂ ਬਖਸ਼ਣ ਵਾਲਾ ਹੈ। ਬੜੀ ਕਮਾਲ ਦੀ ਉਹਨੇ ਕਵਿਤਾ ਸੁਣਾਈ, 52 ਕਵੀਆਂ ਚੋਂ ਇੱਕ ਕਵੀ ਹੰਸ ਰਾਮ ਕਹਿੰਦਾ ਹੈ, ਦੂ ਧੰਬੀ ਦੂ ਕਾਰੇ ਬਾਜੇ ਮਾਨੋ ਜਲਦਰ ਗਾਜੇ, ਦੂ ਧੰਬੀ ਦੂ ਕਾਰੇ ਬਾਜੇ ਮਾਨੋ ਜਲਦਰ ਗਾਜੇ, ਗਰਜਤ ਨਿਸ਼ਾਨ ਓ ਪਹਿਪਾਨ ਛਿਪੋ ਜਾਤ ਹੈ, ਹਾਥਨ ਕੇ ਹਲਕਾ, ਹਾਥਨ ਕੇ ਹਲਕਾ ਹਜ਼ਾਰਨ ਗਨ ਏਕ ਹੈ, ਜਟਤ ਜਵਾਹਰ ਜੋ ਜਗ ਮਗ ਗਾਤ ਹੈ, ਕੋਰ ਸਾਰੇ ਜ਼ੋਰ ਕਰ ਨਾਲਨ ਕੁਸ਼ੋਰ ਸੁਨੈ, ਸੰਕਤ ਸੁਰੇਸ਼ ਔਨ ਰੇਸ਼ ਬਿਲ ਖਾਤ ਹੈ, ਹੰਸ ਰਾਮ ਕਹਿਤ ਬੇਰਾਜੋ ਜਿਨ ਪਾਜੋ, ਹੰਸ ਰਾਮ ਕਹਿਤ ਬੇਰਾਜੋ ਜਿਨ ਪਾਜੋ, ਗੁਰੂ ਗੋਬਿੰਦ ਸਿੰਘ ਕੇ ਮਾਂਗੇ ਕਵੀ ਰਾਜ ਚਲੇ ਜਾਤ ਹੈ। ਕਹਿੰਦਾ ਮੂਰਖਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ, ਹਰੀ ਚੰਦ ਨੂੰ ਕਹਿੰਦਾ ਮੂਰਖਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ। ਬਾਈ ਧਾਰ ਦੇ ਬੜੇ ਸੂਰਬੀਰ ਰਾਜੇ ਨੂੰ ਹੰਸ ਰਾਮ ਲਲਕਾਰ ਕੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਆ। ਤੇ ਅੱਗੋਂ ਹਰੀ ਚੰਦ ਕਹਿੰਦਾ ਵੀ ਹੋਰ ਕੌਣ ਹੈ, ਹਾਥੀ ਤੇ ਸਵਾਰ ਹੈ, 5 ਹਾਥੀ ਤੇਰੇ ਨਾਲ, ਇੱਕ ਹਾਥੀ ਤੇ ਤੂੰ ਸਵਾਰ, ਆ ਘੋੜਾ ਸੋਨੇ ਦੀ ਕਾਠੀ, ਆ ਫੌਜਾਂ, ਹੋਰ ਕੌਣ ਹੈ ਜੇ ਗੁਰੂ ਗੋਬਿੰਦ ਸਿੰਘ ਨਹੀਂ ਹੈ ਤੂੰ। ਤੇ ਹੰਸ ਰਾਮ ਹੱਸ ਪਿਆ, ਕਹਿੰਦਾ ਤੂੰ ਇਹ ਸੋਚ ਵੀ ਮੇਰਾ ਗੁਰੂ ਗੋਬਿੰਦ ਸਿੰਘ ਕਿੰਨੀਆਂ ਕੁ ਅਜ਼ਮਤਾਂ ਦਾ ਮਾਲਕ ਹੋਵੇਗਾ, ਮੇਰਾ ਗੁਰੂ ਗੋਬਿੰਦ ਸਿੰਘ ਕਿਤਨੇ ਕੁ ਮਹਾਨ ਬੁਲੰਦ ਰੁਤਬੇ ਦਾ ਮਾਲਕ ਹੋਵੇਗਾ, ਮੈਂ ਤੇ ਉਹਦੇ ਦਰ ਦਾ ਇੱਕ ਕੂਕਰ ਹਾਂ, ਉਹਦੇ ਦਰ ਦਾ ਕੁੱਤਾ ਹਾਂ, ਉਹਦੇ ਦਰ ਦਾ ਨੌਕਰ ਹਾਂ, ਚਾਕਰ ਹਾਂ। ਤੇ ਜੇ ਉਹਦੇ ਦਰ ਦੇ ਚਾਕਰਾਂ ਦੀ ਐਸੀ ਅਜ਼ਮਤ ਹੈ, ਉਹਦੇ ਦਰ ਦੇ ਚਾਕਰਾਂ ਦੀ ਐਸੀ ਸ਼ਾਨੋ ਸ਼ੌਕਤ ਵਡਿਆਈ ਹੈ, ਤੇ ਤੂੰ ਇਹ ਸਮਝ ਵੀ ਗੁਰੂ ਗੋਬਿੰਦ ਸਿੰਘ ਦੀ ਸ਼ਾਨੋ ਸ਼ੌਕਤ ਤੇ ਵਡਿਆਈ ਕੈਸੀ ਹੋਵੇਗੀ।
ਉਹਦੇ ਦਰ ਦੇ ਭਿਖਾਰੀਆਂ ਦੀ ਐਸੀ ਵਡਿਆਈ ਹੈ। ਤੇ ਭਾਈ ਨੰਦ ਲਾਲ ਕਹਿੰਦੇ ਐਵੇਂ ਰੱਬ ਕਦਮ ਬੋਸੀ ਨਹੀਂ ਕਰਦਾ ਉਸਦੀ। ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇਸੇ ਸੋ ਫਲ ਪਾਏ, ਉਹਦੀ ਸੇਵਾ ਕਰ ਲੈ ਹੰਸ ਰਾਮ ਵਾਂਗੂ, ਸਦਾ ਹੀ ਝੋਲੀਆਂ ਭਰ ਜਾਂਦੀਆਂ ਨੇ। ਗੁਰੂ ਗੋਬਿੰਦ ਐਸਾ ਦਾਤਾਰ ਹੈ। ਭਾਈ ਨੰਦ ਲਾਲ ਨੂੰ ਲਿਖਣਾ ਪੈ ਗਿਆ, ਮੁਨੇ ਉਲ ਮੁਤਵਾਲ ਗੁਰੂ ਗੋਬਿੰਦ ਸਿੰਘ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰਸਿੱਖਾਂ ਨੂੰ ਇਨਾਮ ਦੇਣ ਵਾਲਾ, ਝੋਲੀਆਂ ਭਰਨ ਵਾਲਾ, ਸ਼ਾਨੋ ਸ਼ੌਕਤ, ਰਾਹੋ ਜਲਾਲ, ਅਜ਼ਮਤਾਂ ਬਰਕਤਾਂ ਰਿੱਧੀਆਂ ਸਿੱਧੀਆਂ ਬਖਸ਼ਣ ਵਾਲਾ ਹੈ ਤੂੰ। ਤੇਰੇ ਦਰ ਦੇ ਚਾਕਰਾਂ ਦੀ ਵਡਿਆਈ ਵੀ ਬਾਦਸ਼ਾਹਾਂ ਨੂੰ ਮਾਤ ਪਾਉਂਦੀ ਹੈ। ਇਹ ਭਾਈ ਨੰਦ ਲਾਲ ਨੇ ਜੋ ਰਹਿਮਤਾਂ ਭਰੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰੀ ਤੱਕੀਆਂ, ਉਹ ਬਿਆਨ ਕੀਤੀਆਂ ਨੇ। ਐਸਾ ਮਹਾਨ ਹੈ ਗੁਰੂ ਗੋਬਿੰਦ ਸਿੰਘ, ਦੀਨ ਦੁਨੀਆਂ ਦਾ ਮਾਲਕ। ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚ ਲਵੇ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਰਬੱਤ ਸੰਗਤ ਨੇ, ਗੁਰੂ ਸਾਹਿਬ ਨੇ ਖਿਮਾ ਕਰ ਦੇਣਾ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਹੁਣ ਰੋਜ਼ ਦੀ ਤਰ੍ਹਾਂ ਆਪ ਸਰਬੱਤ ਸੰਗਤ ਦੇ ਸਮੇਤ ਗੁਰੂ ਨਾਨਕ ਨਿਰੰਕਾਰੀ ਦੀ ਕੀਰਤੀ ਵਿੱਚ, ਅਕਾਲ ਪੁਰਖ ਸਾਹਿਬ ਦੀ ਕੀਰਤੀ ਵਿੱਚ ਸਿਮਰਨ ਹੋਵੇਗਾ, ਜੋ ਨਿਰੰਤਰ 40 ਮੁਕਤਿਆਂ ਦੀ ਯਾਦ ਦੇ ਵਿੱਚ ਇੱਥੇ ਚੱਲਦਾ ਹੈ। ਆਪ ਸਰਬੱਤ ਸੰਗਤਾਂ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਕੱਲ੍ਹ ਦੇ ਅਖੀਰਲੇ ਦੀਵਾਨ ਨੇ ਫਿਰ ਇਸ ਮਹਾਂਪੁਰਸ਼ ਭਾਈ ਸਾਹਿਬ ਭਾਈ ਨੰਦ ਲਾਲ ਦੀ ਮਹਾਨ ਰਚਨਾ ਦੇ ਨਾਲ ਗੁਰੂ ਪਾਤਸ਼ਾਹ ਦੀ ਵਡਿਆਈ ਕਰਕੇ ਆਪ ਸੰਗਤ ਦੇ ਨਾਲ ਸਾਂਝ ਪਾਵਾਂਗੇ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।